ਬਈ ਇਸ ਤਰ੍ਹਾਂ ਸਾਡਾ ਦੇਸ਼ ਬਹੁਤ ਤਰੱਕੀ ਕਰ ਰਿਹਾ ਅਤੇ ਹੋਰ ਵੀ ਬਹੁਤ ਤਰੱਕੀ ਕਰ ਸਕਦਾ। ਲੋੜ ਹੈ ਸਾਨੂੰ ਨਵੀਆਂ ਨਵੀਆਂ ਚੀਜ਼ਾਂ ਸਿੱਖਣ ਦੀ। ਕੀ ਗੱਲ ਹੈ ਸਰਪੰਚ ਜੀ? ਦਾਹਰ ਬਈਏ ਸੁਣਦੇ ਆ। ਚੁੱਪ ਕਰਕੇ ਬਹਿ ਜਾ। ਸੋ ਮੈਂ ਕਹਿੰਦਾ ਸੀ ਕਿ ਟੈਕਨੋਲੋਜੀ ਤੋਂ ਸਾਨੂੰ ਫਾਇਦਾ ਲੈਣਾ ਚਾਹੀਦਾ। ਖਾਬਾਂ ਤੇ ਵਿਰ ਗਿਆ ਪਾਣੀ ਨੀ, ਹੁਣ ਖੇਤੀ ਕੀਤੀ ਜਾਣੀ ਨੀ। I am sad, 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 Baba ji sad. ਉਹ ਗੱਲ ਸੁਣ, ਕੀ ਹੋਇਆ ਤੈਨੂੰ, ਕਿਉਂ ਰੋਂਦਾ ਹੈ? ਬਸ ਰਹਿਣ ਦੇ ਛੇ ਨਾ ਦਰਦਾਂ ਨੂੰ, ਦਿਲ ਦੇ ਅਰਮਾਨਾਂ 'ਚ ਪੀਕ ਜੀ ਭਰੀ ਪਈ ਹੈ। ਓਏ ਚੁੱਪ ਕਰੋ ਮਾਲਿਆ, ਸਾਫ ਸਾਫ ਦੱਸ ਹੋਇਆ ਕੀ ਹੈ? ਅਰੇ ਇਸਮੇ ਲਕੋਣੀ ਕੀ ਬਾਤ ਹੈ ਛੋਟੂ, ਜੋ ਬਾਤ ਵਾ ਖੁੱਲ ਕੇ ਬਤਾ ਬਤਾ ਬਤਾ। ਇਹ ਕੀ ਹੁੰਦਾ ਵਾ? ਇਹੋ ਜਿਹਾ ਕੁਝ ਜਾ ਕੇ ਘਰੇ ਭਰਜਾਈ ਨੂੰ ਕਰਿਆ ਕਰ। ਇਹ ਸੱਥ ਹੈ, ਇਹ ਸੱਥ 'ਚ ਬਹਿ ਕਰਨ ਵਾਲੀਆਂ ਗੱਲਾਂ ਨੇ ਕੀ ਹੈ ਯਾਰ? ਬੇਵਕੂਫ ਹੈ, ਚੱਲ ਤੂੰ ਦੱਸ। ਮੇਰਾ ਮਤਲਬ ਵੀ ਓਏ ਹੋਣਾ ਕੀ ਹੈ ਸਰਪੰਚ ਸਾਹਿਬ, ਉਹ ਕਹਿੰਦੇ ਉਹ ਬਾਹਰ ਜਾਊ ਜਿਹਨੂੰ ਅੰਗਰੇਜ਼ੀ ਆਉਂਦੀ ਹੋਊ, ਕਿਉਂ ਥੱਥਿਆ? ਥੈਦਾ ਲਿਆ। ਨਹੀਂ ਅੰਗਰੇਜ਼ੀ ਵਾਲੀ ਐਡੀ ਸਮੱਸਿਆ ਨਹੀਂ ਹੈ, ਖੈਰ ਅੰਗਰੇਜ਼ੀ ਤਾਂ ਮੈਨੂੰ ਆਉਂਦੀ ਹੈ। ਓਏ ਤੂੰ ਬੋਲੇ ਨਾ ਅੰਗਰੇਜ਼ੀ? ਹਾਂ ਬੋਲ ਕੇ ਦੱਸ। ਅੰਗਰੇਜ਼ੀ ਓਏ ਜਾ ਹੋਏਗਾ, ਇਹ ਕੋਈ ਅੰਗਰੇਜ਼ੀ ਨਹੀਂ ਹੁੰਦੀ। ਦੇਖੋ ਇਸ ਤਰ੍ਹਾਂ ਇਹ ਕੋਈ ਔਖਾ ਕੰਮ ਨਹੀਂ, ਅੱਜ ਕੱਲ੍ਹ ਅਖਬਾਰਾਂ 'ਚ ਹਰ ਰੋਜ਼ ਆਉਂਦਾ ਕਿ ਹਰ ਸ਼ਹਿਰ ਵਿੱਚ ਥਾਂ ਥਾਂ 'ਤੇ ਅੰਗਰੇਜ਼ੀ ਸਿਖਾਉਣ ਵਾਲੇ ਸਕੂਲ ਖੁੱਲ੍ਹੇ ਹੋਏ ਨੇ। ਸਿਰਫ 45 ਦਿਨਾਂ 'ਚ ਬੰਦਾ ਫਰਾਟੇਦਾਰ ਅੰਗਰੇਜ਼ੀ ਬੋਲ ਸਕਦਾ ਹੈ। ਲੈ ਤੇ ਤੁਸੀਂ ਕਿਸੇ ਵੀ ਸਕੂਲ 'ਚ ਜਾ ਕੇ ਅੰਗਰੇਜ਼ੀ ਸਿੱਖਣੀ ਸ਼ੁਰੂ ਕਰੋ। ਲਾਲਾ ਦੀ ਤੁਸੀਂ ਤੇ ਅਮੁੱਲ ਦਿੱਤਾ। ਅੰਗਰੇਜ਼ੀ ਤੇ ਔਖੀਆਂ ਸੌਖੀਆਂ ਹੋ ਕੇ ਸਿੱਖ ਲਾਂਗਾ, ਪਰ ਦੂਜੀ ਸ਼ਰਤ ਜਿਹੜੀ ਹੈ ਨਾ, ਇਹਦੇ ਵਿੱਚ ਗੜਬੜ ਹੈ। ਉਹ ਕਿਹੜੀ? ਇਸ ਉਮਰ 'ਚ ਮੈਂ ਕੀ ਹੋ ਗਿਆ, ਖੜਲ ਪੈ ਗਿਆ, ਬੋਡੀ ਕਿੱਦਾਂ ਬਣਾਵਾਂਗਾ? ਓ ਜਾਗਾ, ਇਹ ਵੀ ਕੋਈ ਔਖਾ ਕੰਮ ਨਹੀਂ ਹੈਗਾ। ਆ ਦੇਖ ਅੱਜ ਵੀ ਆਇਆ ਅਖਬਾਰ ਵਿੱਚ, ਰੋਜ਼ ਜਿੰਮਾਂ ਦੀ ਨਾ ਐਡ ਆਉਂਦੀ ਏ, ਪੂਰੇ ਸ਼ਹਿਰ 'ਚ ਥਾਂ ਥਾਂ 'ਤੇ ਜਿੰਮ ਖੁੱਲ੍ਹੇ ਹੋਏ ਨੇ। ਤੁਸੀਂ ਇੰਝ ਕਰੋ, ਕਿਸੇ ਜਿੰਮ 'ਚ ਜਾਓ, ਉਹਨੂੰ ਜੁਆਇਨ ਕਰੋ, ਉੱਥੇ ਜਾ ਕੇ ਮਿਹਨਤ ਕਰੋ, ਚੰਗੀ ਖੁਰਾਕ ਖਾਓ। ਇਹ ਕਿਹੜੀ ਗੱਲ ਹੈ, 2 ਮਹੀਨਿਆਂ 'ਚ ਐਂ ਲੋਹੇ ਵਰਗਾ ਤੁਹਾਡਾ ਸੋਲਿਡ ਸਰੀਰ ਬਣ ਜਾਣਾ ਤੇ ਵੀ ਸ਼ੇਪ ਬੋਡੀ। ਸਰਪੰਚ ਜੀ, ਜੇ ਇਹ ਗੱਲ ਏ ਤੇ ਮੈਂ ਅੱਜ ਹੀ ਜਿੰਮ ਜਾਵਾਂਗਾ ਤੇ ਬੋਡੀ ਬਣਾਵਾਂਗਾ, ਕੱਪਾਂਗਾ। ਡਟੋ ਨਾ, ਸੁਣੋ, ਛੋਡੋ ਗੰਡੇ ਗੇਹੂੰ ਬਾਜਰਾ, ਲਾਓ ਫਸਲ ਅਗੇਤੀ, ਲਾਓ ਫਸਲ ਅਗੇਤੀ। ਹੋਈ ਬਕਰਾਂਗੇ ਜੁਗਾੜੀ ਖੇਤੀ, ਬਕਰਾ ਜੁਗਾੜੀ ਖੇਤੀ, ਬਕਰਾ ਜੁਗਾੜੀ ਖੇਤੀ, ਬਕਰਾ ਜੁਗਾੜੀ ਖੇਤੀ, ਬਕਰਾ ਜੁਗਾੜੀ। ਯਾਰ ਮਾਲਿਆ, ਚੱਲ ਯਾਰ, ਆਪਣੀ ਵਾਰੀ ਕਦੋਂ ਆਏਗੀ? ਮੇਰੇ ਤੇ ਗੋਡੇ ਵੀ ਪੀੜ ਹੋਣ ਲੱਗ ਪਏ ਨੇ। ਉਹ ਲਾਈਨਾਂ ਲੰਮੀਆਂ ਲਾਲੇ ਦੇ ਗੋਡੇ ਦੁਖਦੇ ਬਈ, ਲਾਈਨਾਂ ਲੰਮੀਆਂ ਲੰਮੀਆਂ ਲਾਲੇ ਦੇ ਗੋਡੇ ਦੁਖਦੇ ਵੀ, ਛੇਤੀ ਛੇਤੀ ਆਵਾਜ਼ ਮਾਰ ਲੈ ਸੋਣੀਏ ਸੋਣੀਏ, ਨੀ ਖੂਨ ਨਹੀਂ ਗਾਲ ਪੈ ਜੂਗਾ ਨੀ ਮਨ ਮੋਣੀਏ। ਕਾਹਨੂੰ ਦੁਖੀ ਹੁੰਨਾ, ਹੌਸਲਾ ਰੱਖ, ਆਪਣੀ ਵਾਰੀ ਵੀ ਆਊਗੀ, ਫੇਰ ਟਰਕ ਭੋਰਾਂਗੇ। ਨਹੀਂ, ਪਹਿਲੇ ਫਾਰਮ ਭਰਾਂਗੇ ਫਿਰ। ਚਲੋ ਵੀ ਅੱਗੇ, ਕੱਪ ਕੱਪ, ਤਲੋ ਤਲੋ। ਮਤਲਬ ਮਾਲਾ ਮੇਰਾ ਨਾਂ ਜੀ, ਡੀ ਫਾਰ ਮੇਰਾ ਪਿੰਡ ਜੀ ਦਿਆਲਪੁਰਾ ਜੀ। ਵੈਸੇ ਤੁਸੀਂ ਮਾਡਲਿੰਗ ਦੇ ਵਿੱਚ ਕਿਉਂ ਨਹੀਂ ਟਰਾਈ ਕਰਦੇ ਜੀ? ਮੈਡਮ ਮੈਂ ਆਪਣੇ ਗਾਣੇ ਦਾ ਵੀਡੀਓ, ਮਤਲਬ ਮੈਂ ਸਾਈਨ ਕਿਤੇ ਕਰਨੇ ਕਰਦਾ ਇੱਥੇ। ਬਾਏ ਜੀ।
पैसे जमा करा देते? नहीं। क्यों? दाहर भैया थोड़ा दे। साइन।